ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਲੋਧੀ ਗੁੱਜਰ ਵਿਖੇ ਜ਼ਖਮੀ ਗਾਵਾਂ ਦੀ ਨਿਸ਼ਕਾਮ ਸੇਵਾ ਜੋ ਹੈ ਉਹ ਪਿੰਡ ਵਾਸੀਆਂ ਦੇ ਵੱਲੋਂ ਕੀਤੀ ਜਾਂਦੀ ਹੈ। ਅੱਜ ਦੇ ਸਮੇਂ ਦੇ ਵਿੱਚ ਪਸ਼ੂਆਂ ਦੇ ਕਰਕੇ ਕਈ ਸੜਕ ਹਾਦਸੇ ਵੀ ਹੋ ਰਹੇ ਨੇ ਅਤੇ ਜਿਸ ਕਾਰਨ ਜ਼ਖਮੀ ਅਤੇ ਲਾਵਾਰਿਸ ਪਸ਼ੂ ਜੋ ਨੇ ਉਹ ਲੋਧੀ ਗੁੱਜਰ ਗਊਸ਼ਾਲਾ ਦੇ ਵਿੱਚ ਲੋਕਾਂ ਦੇ ਵੱਲੋਂ ਛੱਡ ਦਿੱਤੇ ਜਾਂਦੇ ਨੇ ਅਤੇ ਇਸ ਥਾਂ ਦੇ ਉੱਪਰ ਬਾਬਾ ਜੀ ਦੇ ਵੱਲੋਂ ਨਿਸ਼ਕਾਮ ਸੇਵਾ ਕਰਕੇ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਪਿੰਡ ਵਾਸੀ ਇਸ ਮੌਕੇ ਦੇ ਉੱਪਰ ਆ ਕੇ ਰਲ ਮਿਲ ਕੇ ਪਸ਼ੂਆਂ ਦੀ ਸੇਵਾ ਕਰਦੇ ਨੇ ਅਤੇ ਸਰਕਾਰ ਤੋਂ ਇੱਕ ਵੀ ਰੁਪਏ ਦੀ ਸਹਾਇਤਾ ਨਾ ਮਿਲਣ ਦੇ ਉੱਪਰ ਉਹਨਾਂ ਦੇ ਵੱਲੋਂ ਕਈ ਵਾਰ ਇਸ ਦੇ ਬਾਰੇ ਵਿੱਚ ਗੁਜ਼ਾਰਿਸ਼ ਵੀ ਕੀਤੀ ਗਈ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਸਰਕਾਰੀ ਦਰਬਾਰੇ ਬਹੁਤ ਵਾਰ ਜਾ ਕੇ ਅਰਜ਼ੀਆਂ ਲਾਈਆਂ ਨੇ, ਪਰੰਤੂ ਉਹਨਾਂ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਸ਼ਹਿਰ ਦੀਆਂ ਗਾਵਾਂ ਦੇ ਵਾਸਤੇ ਤਾਂ ਫੰਡ ਹੈਗੇ ਨੇ ਪਰ ਪਿੰਡ ਦੀਆਂ ਗਾਵਾਂ ਦੇ ਵਾਸਤੇ ਫੰਡ ਨਹੀਂ ਮੌਜੂਦ। ਇਸ ਸਭ ਦੇ ਦਰਮਿਆਨ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸੜਕ ਹਾਦਸੇ ਦੇ ਦੌਰਾਨ ਕਈ ਪਸ਼ੂਆਂ ਦੀ ਮੌਤ ਹੋ ਜਾਂਦੀਆਂ ਨੇ ਅਤੇ ਕਈ ਸਰਦੀਆਂ ਦੇ ਵਿੱਚ ਧੁੰਦ ਦੇ ਕਰਕੇ ਕਈ ਵਾਰ ਦੁਰਘਟਨਾਵਾਂ ਦਾ ਸ਼ਿਕਾਰ ਵੀ ਹੋ ਜਾਂਦੀਆਂ ਨੇ, ਜਿਸ ਕਰਕੇ ਲੋਕ ਜੋ ਨੇ ਇਸ ਥਾਵਾਂ ਦੇ ਉੱਪਰ ਆ ਕੇ ਇਹਨਾਂ ਅਵਾਰਾ ਅਤੇ ਜ਼ਖਮੀ ਪਸ਼ੂਆਂ ਨੂੰ ਛੱਡ ਜਾਂਦੇ ਨੇ, ਪਰੰਤੂ ਸਾਡੇ ਪਿੰਡ ਦੇ ਲੋਕਾਂ ਦੇ ਵੱਲੋਂ ਇਹਨਾਂ ਦੀ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ। ਬਾਊ ਜੀ, ਆਪਾਂ 6 ਸਾਲ ਤੋਂ ਗਊਸ਼ਾਲਾ ਚਲਾ ਰਹੇ ਹਾਂ, ਮੈਂ ਇੱਕ ਹੈਂਡੀਕੈਪ ਹਾਂ, ਫਿਰ ਵੀ ਇਹਨਾਂ ਦੀ ਸੇਮ ਸਵਾਲ ਕਰਾਉਂਦੇ ਹਾਂ, ਪਰ ਸਰਕਾਰ ਵੱਲੋਂ ਸਾਨੂੰ ਕੋਈ ਮਦਦ ਨਹੀਂ ਦਿੱਤੀ ਗਈ। ਇਹ ਲੋਧੀ ਗੁੱਜਰ ਹੈ ਜੀ, ਡਿਸਟ੍ਰਿਕਟ ਅੰਮ੍ਰਿਤਸਰ 'ਚ ਬਾਰਡਰ 'ਤੇ ਪੈਂਦੀ ਆ ਜੀ, ਅਤੇ ਸਾਨੂੰ ਸਰਕਾਰ ਵੱਲੋਂ ਕੋਈ ਨਹੀਂ ਮਦਦ ਕੀਤੀ ਗਈ ਸਾਡੀ। ਆਪਾਂ ਕਮਿਸ਼ਨਰ ਸਾਹਿਬ ਕੋਲ ਗਏ ਹਾਂ, ਜਿਹੜੇ ਕਾਰਪੋਰੇਸ਼ਨ ਦੇ ਆ, ਉਹਨਾਂ ਨੂੰ ਆਪਾਂ ਕਿਹਾ ਸੀ ਵੀ ਸਾਡੀ ਗਊਸ਼ਾਲਾ ਦੀ ਮਦਦ ਕੀਤੀ ਜਾਵੇ, ਪਰ ਉਹਨਾਂ ਨੇ ਨਹੀਂ ਕੀਤੀ। ਉਹਨਾਂ ਕਹਿੰਦੇ ਸੀ ਵੀ ਇਹ ਸ਼ਹਿਰ ਵਾਸਤੇ, ਗਊਆਂ ਵਾਸਤੇ ਸਾਡੇ ਕੋਲ ਗਊ ਸੈੱਸ ਹੈਗਾ, ਪਰ ਜਿਹੜੀਆਂ ਪਿੰਡਾਂ 'ਚ ਗਊਸ਼ਾਲਾ ਉਹਨਾਂ ਵਾਸਤੇ ਨਹੀਂ ਸਾਡੇ ਕੋਲ ਹੈਗਾ। ਅਤੇ ਇਹ ਆਪਾਂ ਉਹਨਾਂ ਨੂੰ ਪੁੱਛਿਆ ਸੀ ਵੀ ਕੀ ਇਹ ਗਊਆਂ ਹੋ ਰਿਹਾ ਕਿ ਆਹ ਗਊਆਂ ਹੋ ਰਿਹਾ, ਉਹਨਾਂ ਦਾ ਜਵਾਬ ਕੋਈ ਨਹੀਂ ਆਇਆ। DC ਸਾਹਿਬ ਨੂੰ 1.5 ਸਾਲ ਹੋ ਗਿਆ ਮੰਗ ਪੱਤਰ ਦਿੱਤੇ ਨੂੰ, ਉਹਨਾਂ ਦਾ ਵੀ ਕੋਈ ਜਵਾਬ ਅੱਜ ਤੱਕ ਨਹੀਂ ਆਇਆ। 6 ਮਹੀਨੇ ਹੋ ਗਏ ਆ, ਆਪਣੇ MLA ਸਾਹਿਬ ਆਏ, ਧਾਰੀਵਾਲ ਸਾਹਿਬ ਆਏ ਸੀ, ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ, SDM ਆਏ ਸੀ ਲੋਪੋਗੀ, ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ, ਪਰ ਕੋਈ ਨਹੀਂ ਅੱਜ ਤੱਕ ਸੁਣਵਾਈ ਹੋਈ। ਕਿੰਨਾ ਕੁ ਇੱਥੇ ਗਊਆਂ ਤੁਹਾਡੇ ਕੋਲ ਅਤੇ ਕਿੰਨਾ ਕੁ ਖਰਚਾ ਰੋਜ਼ ਦਾ? ਖਰਚਾ ਘੱਟ ਤੋਂ ਘੱਟ ਵੀ 10,000 ਰੁਪਈਏ ਦਾ ਖਰਚਾ ਰੋਜ਼ ਦਾ ਜੀ। ਕੋਈ ਵੰਡ ਨਹੀਂ ਹੈਗਾ, ਹੁਣ ਵੀ ਮੁੱਕਿਆ, ਤੂੜੀ ਖਤਮ ਹੋ ਗਈ ਆ, ਅਤੇ ਅਸੀਂ ਸਰਕਾਰ ਨੂੰ ਇਹ ਮਦਦ ਕਰਦੇ ਹਾਂ ਵੀ ਗਊ ਸੈੱਸ ਬਹੁਤ ਇਕੱਠਾ ਹੁੰਦਾ ਆ, ਹਰ ਗੱਡੀ 'ਚੋਂ ਮੋਟਰਸਾਈਕਲ 'ਚੋਂ ਬਿੱਲਾਂ ਨਾਲ ਲੱਗ ਕੇ ਆਉਂਦਾ, ਪਰ ਗਊ ਸੈੱਸ ਜਾਂਦਾ ਕਿੱਥੇ ਆ? ਇਹ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਗਊ ਸੈੱਸ ਕਿੱਥੇ ਜਾਂਦਾ। ਮੰਗ ਇਹ ਸਰਕਾਰ ਕੋਲ ਕਰਦੇ ਹਾਂ ਵੀ ਸਾਡੀ ਮਦਦ ਕੀਤੀ ਜਾਵੇ, ਚੋਕਰ ਸ਼ੱਕਰ ਡਾਕਟਰ ਦੀ ਸਹਾਇਤਾ ਕੀਤੀ ਜਾਵੇ, ਦਵਾਈਆਂ ਦਿੱਤੀਆਂ ਜਾਣ ਸਾਨੂੰ, ਅਤੇ ਐਕਸੀਡੈਂਟ ਗਾਵਾਂ ਉਹਨਾਂ ਵਾਸਤੇ ਵੀ ਬੰਦੇ ਰੱਖਣੇ ਆ, ਫਿਰ 4-5 ਬੰਦੇ, ਹੁਣ 2 ਬੰਦੇ ਹੀ ਕੰਮ ਕਰਦੇ ਆ, ਸਿਰਫ 90 ਗਊਆਂ, ਸਿਰਫ 2 ਬੰਦੇ ਕੰਮ ਕਰਦੇ ਆ, ਬੰਦਿਆਂ ਦੀ ਜ਼ਿਆਦਾ ਜ਼ਰੂਰਤ ਆ। ਇਹ ਪਿੰਡ ਲੋਧੀ ਗੁੱਜਰ ਆ ਜੀ, ਜ਼ਿਲ੍ਹਾ ਅੰਮ੍ਰਿਤਸਰ 'ਚ ਆ, ਅਤੇ ਇਹ ਸਿਰਫ ਸਾਨੂੰ ਇਹ ਸਹੂਲਤ ਆ ਵੀ ਗਊਸ਼ਾਲਾ ਸਾਨੂੰ ਕੋਈ ਨਾ ਕੋਈ ਮਦਦ ਕੀਤੀ ਜਾਵੇ, ਜਿਹੜੀ ਆ ਗਊਸ਼ਾਲਾ ਵਾ, ਇਹ ਸਾਨੂੰ ਕੋਈ ਸਾਨੂੰ ਪੱਠੇ ਦੱਥੇ ਦਾ ਕੋਈ ਬੰਦੇ ਦਾ ਕੋਈ ਸਹਾਰਾ ਨਹੀਂ ਹੈਗਾ, ਅਸੀਂ ਆਪ ਪਿੰਡ ਵਾਲੇ ਕਰਕੇ ਆਪ ਸੇਵਾ ਕਰ ਦੇਵਾਂਗੇ, ਕਦੇ ਪਾ ਪਾਉਂਦੇ ਪੱਠੇ ਲਿਆ ਕੇ ਮੰਗ ਦਾਂਗੇ ਇਤਨਾ ਹੀ, ਅਤੇ ਸਰਕਾਰ ਕੋਈ ਸਹੂਲਤ ਅਸੀਂ ਮੰਗਦੇ ਹਾਂ ਕੋਈ ਨਾ ਕੋਈ ਪਿੰਡ ਦੀ ਸਾਡੀ ਗਊਸ਼ਾਲਾ ਦੀ, ਵਾਧੇ ਸਰਕਾਰ ਦੇ ਤੁਹਾਨੂੰ ਬੜੇ ਕਰਕੇ ਸਾਰੇ ਮੁਰਕੇ ਕੋਈ ਪੁੱਛਦਾ ਕੋਈ ਨਹੀਂ। ਇੱਥੇ ਢਾਡੀਆ ਸਾਹਿਬ ਆਇਆ ਵਾ, ਉਹਨੂੰ ਇਸ ਫਰਮਾਇਸ਼ ਕੀਤੀ ਆ ਵੀ ਗਊਸ਼ਾਲਾ ਵਾਲੇ ਧਿਆਨ ਕੀਤਾ ਜਾਵੇ, ਅਤੇ ਲਾਰੇ ਬੁੱਤੇ ਲਾ ਜਾਂਦੇ, ਕੋਈ ਕਰਦਾ ਕੋਈ ਨਹੀਂ, ਲਾ ਦੇ ਜੀ ਬਣ ਗਏ ਆ, ਜੇ ਦੁੱਧ ਪੀ ਲੈਂਦੇ ਆ ਅਤੇ ਦੁੱਧ ਉਹਨਾਂ ਚਿਰ ਜਾਂ ਹਰ ਕੇ ਮਤਲਬ ਵੀ ਆ ਰਿਹਾ, ਕੋਈ ਦੁੱਧ ਜਦੋਂ ਪੀ ਲੈਂਦੇ ਮੁੜ ਕੇ ਗਊਸ਼ਾਲਾ ਵਾਰਾ ਕਰ ਦਿੰਦੇ ਆ, ਫਿਰ ਫਸਲ ਜਾੜਦੇ, ਫਿਰ ਸੜਕਾਂ 'ਤੇ ਫਿਰਦੀਆਂ ਐਕਸੀਡੈਂਟ ਹੁੰਦੇ ਆ, ਹਾਂਜੀ, ਅਤੇ ਫਿਰ ਲੋਕ ਫਿਰ ਡੰਡੇ ਸੋਟੇ ਮਾਰਦੇ, ਫਿਰ ਲੋਧੀ ਗੁੱਜਰ ਵਾਰਾ ਛੱਡ ਜਾਂਦੇ ਆ,
ਫਿਰ ਜੇ ਬਾਰਾਂ ਦਿਖਾੜੇ ਫਸਲ ਝਾੜਦੇ ਪਿੰਡ ਦੇ, ਫਿਰ ਅਸੀਂ ਲਿਆ ਕੇ ਅਤੇ ਗਊਸ਼ਾਲੇ ਵਾੜਦੇ ਲਿਆ ਕੇ। ਤੁਸੀਂ ਮਦਦ ਕਰਦੇ? ਹਾਂਜੀ, ਫਿਰ ਮਜ਼ਦੂਰ ਪਿੰਡ ਵਾਲੇ ਕਰਦੇ ਆ ਜੀ, ਕੋਈ ਪੱਠੇ ਪਰਾਈ ਦੇ ਜਾਂਦਾ, ਕੋਈ ਪੱਠੇ ਦੇ ਦੇ ਜਾਂਦਾ, ਕੋਈ ਤੂੜੀ ਦੇ ਜਾਂਦਾ, ਅਤੇ ਜਿੰਨੇ ਜੋਗੇ ਕਿ ਥੋੜ੍ਹਾ ਬਹੁਤ ਸਾਰਾ ਕਰਦੇ ਪਿੰਡ ਵਾਲੇ, ਵਿਲੰਬ ਵੀ ਕਰ ਦਿੰਦੇ। ਸਰਕਾਰ ਕੋਲ ਮੰਗ ਹੈ ਸਾਡੀ ਕੋਈ ਮਦਦ ਕੀਤੀ ਜਾਵੇ ਗਊਸ਼ਾਲਾ ਬਾਰੇ। ਇਹ ਪਿੰਡ ਲੋਧੀ ਗੁੱਜਰ ਵਿੱਚ ਗਊਸ਼ਾਲਾ ਜੀ, ਅਤੇ ਆਹ ਵੇਖੋ ਮਤਲਬ ਕਿ ਇਹਦੇ ਸ਼ੈੱਡ ਛੋਟਾ ਹੈ, ਗਾਵਾਂ ਜ਼ਿਆਦੀਆਂ ਹੈ, ਇਹਦੇ ਵਿੱਚ ਰਹਿਣ ਦੀ ਵੀ ਤੰਗੀ ਆ, ਬਹਿਣ ਦੀ ਵੀ ਤੰਗੀ ਇਹਨਾਂ ਨੂੰ। ਬਾਕੀ ਇੱਧਰ ਅਸੀਂ ਕਮਰੇ ਆ ਦੋ, ਇਹਨਾਂ ਦੇ ਵੀ ਛੱਤਾਂ ਡਿੱਗੀਆਂ, ਇਹਨਾਂ ਦੇ ਵਿੱਚ ਰਾਸ਼ਨ ਵੀ ਜਿਹੜਾ ਮੀਂਹ ਕਣੀ ਨਾਲ ਭੇਜਦੇ ਜਾਂਦਾ ਜੀ। ਇਹ ਨਾ ਛੱਤ ਹੈ, ਨਾ ਕੋਈ ਇੱਥੇ ਤਨਖਾਹ ਲਈ ਪੈਸੇ ਮਿਲਦੇ ਆ ਕਿਸੇ ਬੰਨੇ, ਨਾ ਕੋਈ ਸਹੂਲਤ ਮਿਲਦੀ ਆ। ਚਲੋ ਅਸੀਂ ਤਾਂ ਜਿੰਨੇ ਯੋਗੇ ਹੈਗੇ ਹਾਂ, ਤੂੜੀ ਤਾਂ ਅੰਦਰ ਏਕਰ ਇਕੱਠਾ ਕਰ ਲਈਦਾ, ਪਰਾਲੀ ਇਕੱਠੀ ਕਰ ਲਈਦੀ ਆ, ਜਿੰਨੇ ਯੋਗੇ ਹੈਗੇ ਹਾਂ। ਜਦੋਂ ਫਿਰ ਜ਼ਿਆਦਾ ਗਾਈਆਂ ਹੋਣ ਕਾਰਨ ਘਰਾਂ ਦੇ ਵਿੱਚ ਪੱਠੇ ਦੇ 10 ਡੰਗਰਾਂ ਨੂੰ ਨਹੀਂ ਪੈਂਦੇ, ਇਹ 100 ਗਾਂ ਦੇ ਲਾਗੇ ਬੰਨੇ ਆ, ਇਹਨਾਂ ਨੂੰ ਫਿਰ ਤੂੜੀ ਸੁੱਕਾ ਵੀ ਮੁੱਕ ਜਾਂਦਾ। ਇਸ ਕਰਕੇ ਅਸੀਂ ਤਾਂ ਸਰਕਾਰ ਨੂੰ ਆਉਂਦੇ ਹਾਂ ਕਿ ਚਲੋ ਸਾਨੂੰ ਕੋਈ ਥੋੜ੍ਹਾ ਬਹੁਤਾ ਕੋਈ ਸ਼ੈੱਡ ਦੀ ਜਾਂ ਕੋਈ ਛੱਤ ਲਈ ਮਦਦ ਮਿਲੇ, ਜਾਂ ਪੱਠੇ ਡੱਕੇ ਦੀ ਕੋਈ ਮਦਦ ਮਿਲੇ। ਅਸੀਂ ਕੁਝ ਇਹ ਨਹੀਂ ਆਉਂਦੇ ਕਿ ਸਾਨੂੰ ਚੈੱਕ ਦਿੱਤਾ ਜਾਵੇ ਜਾਂ ਪੈਸੇ ਦਿੱਤੇ ਜਾਣ, ਸਾਨੂੰ ਮਟੀਰੀਅਲ ਹੀ ਮਿਲ ਜੇ ਤਾਂ ਬਹੁਤ ਜ਼ਿਆਦਾ। 100 ਦੇ ਕਰੀਬ ਗਾਵਾਂ ਨੇ ਇਸ ਥਾਂ ਦੇ ਉੱਪਰ, ਪਰੰਤੂ ਇਸ ਥਾਂ ਦੇ ਉੱਪਰ ਕਿਸੇ ਵੀ ਪ੍ਰਕਾਰ ਦਾ ਸਰਕਾਰੀ ਤੌਰ ਦੇ ਉੱਪਰ ਫੰਡ ਨਾ ਪਹੁੰਚਣ ਦੇ ਬਾਵਜੂਦ ਵੀ ਲੋਕਾਂ ਦੇ ਵੱਲੋਂ ਇੱਥੇ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ ਦਿਨ ਰਾਤ, ਅਤੇ ਦਿਨ ਰਾਤ ਮਿਹਨਤ ਕਰਕੇ ਪਿੰਡ ਵਾਸੀ ਅਤੇ ਬਾਬਾ ਗੁਰਭੇਤ ਸਿੰਘ ਜੋ ਨੇ ਉਹ ਲਗਾਤਾਰ ਸੇਵਾ ਕਰਦੇ ਆ ਰਹੇ ਨੇ। ਇਹਨਾਂ ਦੇ ਬੁਲੰਦ ਹੌਸਲੇ ਅਤੇ ਜਜ਼ਬੇ ਨੂੰ ਸਲਾਮ, ਜਿਨ੍ਹਾਂ ਨੇ ਇਹ ਸੇਵਾ ਆਪਣੇ ਹਿੱਸੇ ਲਈ ਹੈ। ਬਿਊਰੋ ਰਿਪੋਰਟ, ਵਰਲਡ ਪੰਜਾਬੀ ਟੀਵੀ।